ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੁਆਰਾ ਲਿਖੀ ਕਿਤਾਬ ਅਸਲ ਵਿੱਦਿਆ। ਇੱਕ ਦੋਸਤੀ ਦੀ ਦਾਸਤਾਨ। ਨਿਹਾਲ ਸਿੰਘ ਹੋਰੀ ਲਾਹੌਰ ਕਾਲਜ ਪੜ੍ਹਦੇ ਸਨ। ਜਦ ਮੈਂ ਜੇ ਸਕੂਲ ਵਿੱਚ 9ਵੀਂ ਜਮਾਤ ਵਿੱਚ ਸਾਂ, ਉਹ ਲਾਹੌਰੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੋਇਟੇ ਆਏ ਹੋਏ ਸਨ। ਕੋਇਟਾ ਠੰਡੀ ਥਾਂ ਹੋਣ ਕਰਕੇ ਉੱਥੇ ਸਰਦੀਆਂ ਵਿੱਚ ਛੁੱਟੀਆਂ ਹੁੰਦੀਆਂ ਸਨ। ਗਰਮੀਆਂ ਵਿੱਚ ਸਾਡਾ ਸਕੂਲ ਲੱਗਦਾ ਹੁੰਦਾ ਸੀ। ਹਿਸਾਬ ਦੇ ਸਾਡੇ ਮਾਸਟਰ ਜੀ ਬਿਮਾਰ ਹੋ ਗਏ ਅਤੇ ਹੈੱਡ ਮਾਸਟਰ ਸਾਹਿਬ ਨੇ ਨਿਹਾਲ ਸਿੰਘ ਹੋਰਾਂ ਨੂੰ ਸਾਨੂੰ ਪੜ੍ਹਾਉਣ ਲਈ ਆਖ ਦਿੱਤਾ। ਨਿਹਾਲ ਸਿੰਘ ਹੋਰੀ ਇੱਕ ਸਵਾਲ ਲਿਖਵਾਉਣ ਲੱਗ ਪਏ। ਮੈਂ ਸਾਰਾ ਸਵਾਲ ਭਾਂਪ ਲਿਆ ਅਤੇ ਉਹਨਾਂ ਦੇ ਲਿਖਵਾਉਂਦੇ ਲਿਖਵਾਉਂਦੇ ਕੱਢ ਕੇ ਉਹਨਾਂ ਕੋਲ ਲੈ ਗਿਆ। ਉਹ ਬੜੇ ਚਕਿਤ ਹੋਏ ਅਤੇ ਮੇਰੇ ਪ੍ਰਸ਼ੰਸਕ ਬਣ ਗਏ। ਦਿਨ ਬ ਦਿਨ ਸਾਡੀ ਨੇੜਤਾ ਬੜੀ ਵੱਧ ਗਈ। ਮੈਂ ਉਹਨਾਂ ਨੂੰ ਆਪਣਾ ਵੱਡਾ ਭਰਾ ਅਤੇ ਉਹ ਮੈਨੂੰ ਆਪਣਾ ਨਿੱਕਾ ਭਰਾ ਮੰਨਣ ਲੱਗ ਗਏ। ਹੈ ਸਨ ਤਾਂ ਮੇਥੋਂ 6-7 ਸਾਲ ਵੱਡੇ, ਇਸ ਲਈ ਮੈਨੂੰ ਹੁਕਮ ਦੇ ਸਕਣ ਦਾ ਹੱਕ ਸਮਝਦੇ ਸਨ। ਮੈਂ ਵੀ ਉਹਨਾਂ ਦੇ ਇਸ ਹੱਕ ਦਾ ਸਤਿਕਾਰ ਕਰਦਾ ਸਾਂ। 10ਵੀਂ ਪਾਸ ਕਰਕੇ ਮੈਂ ਲਾਹੌਰ ਕਾਲਜ ਦਾਖਲ ਹੋ ਗਿਆ ਸਾਂ ਅਤੇ ਇਹ ਵੀ ਉੱਥੇ ਇੰਜੀਨੀਅਰਿੰਗ ਕਾਲਜ ਪੜ੍ਹਦੇ ਸਨ। ਇੱਕ ਦਿਨ ਮੈਨੂੰ ਮਿਲਣ ਮੇਰੇ ਹੋਸਟਲ ਆਏ। ਬੈਠਿਆਂ ਬੈਠਿਆਂ ਗੱਲਾਂ ਗੱਪਾਂ ਮਾਰਦਿਆਂ ਰਾਤ ਪੈ ਗਈ। ਅਸਾਂ ਰਲ ਕੇ ਰੋਟੀ ਖਾਧੀ ਅਤੇ ਮੇਰੀ ਬੇਨਤੀ 'ਤੇ ਉਹਨਾਂ ਰਾਤ ਸਾਡੇ ਹੋਸਟਲ ਵਿੱਚ ਮੇਰੇ ਪਾਸ ਰਹਿਣਾ ਪ੍ਰਵਾਨ ਕਰ ਲਿਆ। ਕੋਠੇ ਉੱਪਰ ਮੰਜਾ ਡਾਹ ਕੇ ਇੱਕ ਦਰੀ ਹੇਠਾਂ ਅਤੇ ਇੱਕ ਚਾਦਰ ਉੱਪਰ ਲੈ ਕੇ ਅਸੀਂ ਦੋਵੇਂ ਆਪਣੇ ਮੰਜੇ 'ਤੇ ਲੇਟ ਗਏ। ਬਦਲਵਾਈ ਜਿਹੀ ਫਿਰ ਰਹੀ ਸੀ, ਸੋ ਗਰਮੀ ਵੱਲੋਂ ਹੁਣ ਕੁਝ ਆਰਾਮ ਸੀ। ਅਜੇ ਅੱਧਾ ਘੰਟਾ ਵੀ ਨਹੀਂ ਸੀ ਲੰਘਿਆ ਕਿ ਬਿਜਲੀ ਲਿਸ਼ਕੀ ਅਤੇ ਧੜਾ ਧੜ ਮੀਂਹ ਪੈਣਾ ਸ਼ੁਰੂ ਹੋ ਗਿਆ। ਨਿਹਾਲ ਜੀ ਕਹਿਣ ਲੱਗੇ, ਇਹ ਮੀਂਹ ਝਟਕੋ ਨੂੰ ਬੰਦ ਹੋ ਜਾਂਦਾ, ਐਵੇਂ ਜਲਦੀ ਨਹੀਂ ਕਰਦੇ, ਹੇਠਾਂ ਬੜੀ ਗਰਮੀ ਹੋਵੇਗੀ। ਅਸੀਂ ਇਹ ਗੱਲ ਕਰ ਹੀ ਰਹੇ ਸਾਂ ਕਿ ਜ਼ੋਰ ਦੀ ਹਵਾ ਆਈ ਅਤੇ ਸਾਡੀ ਚਾਦਰ ਉੱਡ ਗਈ। ਘਬਰਾ ਕੇ ਜਦ ਅਸੀਂ ਉੱਠੇ ਤਾਂ ਸਾਡੇ ਉੱਠਦੇ ਸਾਰ ਹੀ ਦਰੀ ਵੀ ਅਤੇ ਸਿਰਹਾਣਾ ਵੀ ਉੱਡ ਗਏ। ਬੜੀ ਮੁਸ਼ਕਿਲ ਅਸਾਂ ਮੰਜਾ ਛੱਜੇ ਹੇਠਾਂ ਖੜ੍ਹਾ ਕੀਤਾ ਅਤੇ ਨੀਚੇ ਉੱਤਰ ਆਏ। ਰਾਤ ਅਸਾਂ ਜਿਵੇਂ ਕਿਵੇਂ ਕੱਟੀ। ਸਵੇਰੇ 8 ਵਜੇ ਜਦ ਅਸੀਂ ਨਾਸ਼ਤਾ ਕਰ ਰਹੇ ਸਾਂ ਤਾਂ ਮੇਰਾ ਨੌਕਰ ਟਰੇ ਵਿੱਚ ਮੇਰਾ ਗਿੱਲਾ ਸਿਰਹਾਣਾ ਚੁੱਕ ਕੇ ਲੈ ਆਇਆ। ਸਰਦਾਰ ਜੀ ਇਹ ਪਿੱਛੇ ਲੌਨ ਵਿੱਚ ਪਿਆ ਹੋਇਆ ਸੀ। ਨਿਹਾਲ ਜੀ ਹੱਸ ਕੇ ਕਹਿਣ ਲੱਗੇ, ਤੇਰੇ ਬਿਸਤਰੇ ਦਾ ਰਾਤੀ ਜੋ ਭੜਥਾ ਬਣਿਆ ਉਹ ਇਹ ਟਰੇ ਵਿੱਚ ਪਾ ਕੇ ਲੈ ਆਇਆ। ਉਸਨੂੰ ਕਿਹਾ, ਜਾ ਇਹ ਕਿਤੇ ਸੁੱਟ ਦੇ, ਇਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਘੜੀ ਕੁ ਨੂੰ ਉਹ ਆਪਣੇ ਕਾਲਜ ਵੱਲ ਰਵਾਨਾ ਹੋ ਗਏ, ਪਰ ਘੰਟੇ ਮਗਰੋਂ ਹੀ ਪਰਤ ਆਏ। ਇੱਕ ਦਰੀ, ਇੱਕ ਖੇਸ, ਇੱਕ ਚਾਦਰ, ਇੱਕ ਸਿਰਹਾਣਾ ਬਾਜ਼ਾਰੋਂ ਲੈ ਕੇ ਆ ਗਏ। ਕਹਿਣ ਲੱਗੇ, ਮੈਂ ਸੋਚਿਆ ਬਿਸਤਰੇ ਬਿਨਾਂ ਰਾਤ ਸੋਵੇਂਗਾ ਕਿਵੇਂ। ਮੈਂ ਦਿਲ ਵਿੱਚ ਸੋਚਿਆ, ਮੇਰੇ ਉੱਪਰ ਤਾਂ ਸੱਚਮੁੱਚ ਉਹਨਾਂ ਦੀ ਰਹਿਮਤ ਬਰਸੀ ਹੈ ਅਤੇ ਮੈਂ ਉਹਨਾਂ ਦੇ ਪੈਰੀ ਹੱਥ ਲਾਉਣ ਲਈ ਝੁਕਿਆ ਤਾਂ ਉਹਨਾਂ ਮੈਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਕਿਹਾ, ਰਾਤ ਦੀ ਵਰਖਾ ਨੇ ਹੀ ਇਹ ਸੇਵਾ ਮੇਰੇ ਜਿੰਮੇ ਲਾਈ ਹੈ। ਸੰਨ 1944। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।